बल छुट क्यों बंधन परे कछु न होत उपाय कहु नानक अब ओट हर गज जियों हो सहाय। सतगुरु गरीब नवाज पातशाह इस सलोक दे विच आत्मक बल दी गल करदे ने।
ਜਦੋਂ ਸਾਡੂ ਆਤਮਕ ਬਲ ਸਾਡਾ ਜਿਹੜਾ ਨਾ ਖਤਮ ਹੋ ਜਾਂਦਾ ਹੈ ਤਾਂ ਜਿਹੜੇ ਧੰਦੇ ਨੇ ਉਹ ਜੰਜਾਲ ਬਣ ਕੇ ਬੰਧਨ ਗੱਲ ਪੈ ਜਾਂਦੇ ਨੇ, ਬੰਧਨ ਬਣ ਕੇ ਉਹ ਨੁਕਸਾਨ ਕਰਦੇ ਨੇ। ਆਪਣੇ ਯਤਨ ਨਾਲ ਹੁਣ ਕੁਝ ਨਹੀਂ ਹੋ ਸਕਦਾ। ਸਾਹਿਬ ਜੀ ਆਖਦੇ ਨੇ, ਹੇ ਪਰਮਾਤਮਾ ਹੁਣ ਤੇਰੇ ਆਸਰੇ ਦੀ ਲੋੜ, ਤੇਰਾ ਸਹਾਰਾ ਚਾਹੀਦਾ ਹੈ। ਉਸ ਹਾਥੀ ਵਾਂਗੂ ਮੇਰੀ ਵੀ ਸਹਾਇਤਾ ਕਰ, ਜਿਸ ਹਾਥੀ ਦੀ ਰਾਖੀ ਤੂੰ ਤੰਦਵੇ ਤੋਂ ਕੀਤੀ ਸੀ। ਹਰ ਇੱਕ ਜੀਵ ਦੇ ਅੰਦਰ ਪਰਮਾਤਮਾ ਨੇ ਇੱਕ ਐਸਾ ਆਤਮਕ ਬਲ ਰੱਖਿਆ ਹੈ, ਸ਼ਕਤੀ ਰੱਖੀ ਹੋਈ ਹੈ, ਪਰ ਜਦੋਂ ਇਹ ਜੀਵ ਵਿਕਾਰਾਂ ਦੇ ਵਿੱਚ ਪੈ ਜਾਂਦਾ, ਵਿਕਾਰੀ ਹੋ ਜਾਂਦਾ ਹੈ, ਅਤੇ ਜਿਹੜੀ ਆਤਮਕ ਸ਼ਕਤੀ ਹੁੰਦੀ ਹੈ ਨਾ, ਇਹ ਬਲ ਗਵਾ ਬੈਠਦਾ ਹੈ। ਜਿਵੇਂ ਕਿ ਨਸ਼ਿਆਂ ਨੂੰ ਜੇ ਕੋਈ ਆਪਣਾ ਆਦੀ ਬਣ ਜਾਏ ਨਸ਼ੇ ਦੇ ਵਿੱਚ, ਉਹ ਨਸ਼ੇ ਨੂੰ ਵੀ ਆਪਣੀ ਖੁਰਾਕ ਸਮਝੇ, ਸਭ ਕੁਝ ਨਸ਼ੇ ਨੂੰ ਹੀ, ਤਾਂ ਲਾਜ਼ਮੀ ਹੈ ਸਰੀਰਕ ਤਾਕਤ ਗਵਾ ਬੈਠਦਾ ਹੈ, ਸ਼ਕਤੀ ਗਵਾ ਬੈਠਦਾ ਹੈ। ਇਸੇ ਤਰ੍ਹਾਂ ਸਾਹਿਬ ਜੀ ਸਮਝਾਉਂਦੇ ਨੇ, ਗਲਤ ਵਿਚਾਰ ਜਿਹੜੇ ਨੇ ਨਾ, ਜਦੋਂ ਮਨੁੱਖ ਇਹਨਾਂ ਦੇ ਵਿੱਚ ਲੁਭਾਏਮਾਨ ਹੋ ਜਾਂਦਾ, ਇਹਨੂੰ ਆਪਣੀ ਖੁਰਾਕ ਬਣਾ ਲੈਂਦਾ ਹੈ, ਅਤੇ ਉਹ ਮਾਨਸਿਕ ਬਲ ਗਵਾ ਬੈਠਦਾ ਹੈ, ਉਹਦਾ ਦਿਮਾਗੀ ਸੰਤੁਲਨ ਜਿਹੜਾ ਹੈ ਕਮਜ਼ੋਰ ਹੋ ਜਾਂਦਾ ਹੈ। ਇਸੇ ਤਰ੍ਹਾਂ ਗਰੀਬ ਨਿਵਾਜ ਆਖਦੇ ਨੇ ਕਿ ਜਿਹੜਾ ਹਉਮੈ ਨੂੰ ਆਪਣੀ ਖੁਰਾਕ ਬਣਾ ਬੈਠਦਾ ਹੈ, ਉਹ ਮਨੁੱਖ ਆਤਮਕ ਬਲ ਸ਼ਕਤੀ ਵੀ ਗਵਾ ਬੈਠਦਾ ਹੈ। ਇਹ ਆਤਮਕ ਬਲ ਕੀ ਹੈ? ਜਦੋਂ ਗੁਰੂ ਕੇ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦਿੰਦੇ ਨੇ, ਵਿਸ਼ੇ ਵਿਕਾਰਾਂ ਵੱਲੋਂ ਮਨ ਮੋੜਨਾ ਸਿਖਾਉਂਦੇ ਨੇ, ਰਹਿਤਾਂ ਦੀ ਸਮਝ ਦਿੰਦੇ ਨੇ, ਸਿੱਖਿਆ ਦਿੰਦੇ ਨੇ, ਮੂਲ ਮੰਤਰ ਗੁਰਮੰਤਰ ਦਾ ਅਭਿਆਸ ਹੁੰਦਾ ਹੈ, ਨਿਤਨੇਮ ਕਰਨ ਦਾ ਸੰਕੇਤ ਦਿੰਦੇ ਨੇ, ਰੋਜ਼ਾਨਾ ਤੌਰ 'ਤੇ ਜਦੋਂ ਅੰਮ੍ਰਿਤ ਦਾ ਧਾਰੀ ਅੰਮ੍ਰਿਤਧਾਰੀ ਸਿੱਖ ਅਭਿਆਸੀ ਬਣ ਜਾਏ, ਨਿਤਨੇਮੀ ਹੋ ਜਾਏ, ਨਾਮ ਸਿਮਰ ਜੁੜ ਜਾਏ, ਅਤੇ ਉਹਨੂੰ ਆਤਮਕ ਸ਼ਕਤੀ ਪ੍ਰਾਪਤ ਹੋ ਜਾਂਦੀ, ਆਤਮਕ ਬਲ ਮਿਲ ਜਾਂਦਾ ਹੈ, ਅਤੇ ਇਹੀ ਜਿਹੜਾ ਬਲ ਇਹਨੂੰ ਅੰਮ੍ਰਿਤ ਆਖਿਆ ਹੈ। ਇਹ ਅੰਮ੍ਰਿਤ ਫਿਰ ਸ਼ਕਤੀਸ਼ਾਲੀ ਬਣਾ ਦਿੰਦਾ। ਪਰ ਹੁਣ ਹੁੰਦਾ ਕੀ ਹੈ? ਜਦੋਂ ਮਨੁੱਖ ਵਿਕਾਰੀ ਹੋ ਜਾਂਦਾ, ਇਹੀ ਅੰਮ੍ਰਿਤ ਦੀ ਸ਼ਕਤੀ ਲੁੱਟੀ ਜਾਂਦੀ ਹੈ, ਲੁਟੇਰੇ ਇਸ ਨੂੰ ਲੁੱਟ ਲੈਂਦੇ ਨੇ, ਇਸ ਤਾਕਤ ਨੂੰ ਖੋਹ ਲੈਂਦੇ ਨੇ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਸਮਝਾਉਂਦੇ, ਆਖਦੇ ਨੇ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਸਰੀਰ ਦੇ ਅੰਦਰ ਪੰਜ ਚੋਰ ਵਸਦੇ ਨੇ, ਕੀ ਕਰਦੇ ਨੇ ਉਹ? ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁੱਝੈ, ਕੋਈ ਨਾ ਸੁਣੈ ਪੁਕਾਰਾ। ਪਾਤਸ਼ਾਹ ਕਹਿੰਦੇ ਨੇ ਉਹ ਤੇਰੇ ਅੰਦਰ ਦਾ ਅੰਮ੍ਰਿਤ ਲੁੱਟ ਲੈਂਦੇ ਨੇ, ਤੇਰੇ ਅੰਦਰ ਦੀ ਬਲ ਸ਼ਕਤੀ ਜਿਹੜੀ ਹੈ ਉਹਨੂੰ ਲੁੱਟਦੇ ਨੇ। ਅਤੇ ਜਿਹੜੇ ਮਨਮੁਖ ਲੋਕ ਨੇ, ਮਨ ਦੇ ਆਸਰੇ ਚੱਲਦੇ ਨੇ, ਉਹ ਨਹੀਂ ਸਮਝਦੇ, ਉਹਨਾਂ ਨੂੰ ਨਹੀਂ ਸਮਝ ਕੇ ਕਿਸੇ ਨੇ ਸਾਡੀ ਪੁਕਾਰ ਨਹੀਂ ਸੁਣਨੀ, ਅਸੀਂ ਵਿਕਾਰੀ ਨਾ ਹੋਈਏ। ਸਾਹਿਬ ਜੀ ਦੀ ਇਹ ਪਾਵਨ ਸੁੰਦਰ ਪੰਕਤੀ ਹੈ, ਕਛੂ ਨਾ ਹੋ ਤੋ ਪਾਏ, ਜੇ ਤੇਰੇ ਅੰਦਰ ਦਾ ਬਲ ਖਤਮ ਹੋ ਗਿਆ ਨਾ, ਤੂੰ ਬੰਧਨਾਂ ਦੇ ਵਿੱਚ ਗ੍ਰਸਿਆ ਗਿਆ, ਅਤੇ ਸਾਹਿਬ ਜੀ ਆਖਦੇ ਨੇ ਤੇਰੀ ਤਾਕਤ ਖਤਮ ਹੋ ਜਾਏਗੀ, ਅਤੇ ਫਿਰ ਤੂੰ ਗਿਰ ਜਾਏਗਾ, ਡਿੱਗ ਜਾਏਗਾ, ਕਮਜ਼ੋਰ ਹੋ ਜਾਏਗਾ,
ਇਹ ਰੱਬੀ ਜੋਤ ਹੈ ਜਿਹਨੂੰ ਅਸੀਂ ਆਤਮਾ ਆਖਦੇ ਹਾਂ। ਇਹ ਸਰੀਰ ਦੇ ਅੰਦਰ ਨਿਵਾਸ ਕਰਦੀ ਹੈ। ਇਹ ਪਰਮਾਤਮਾ ਨੇ ਸਾਡੇ ਅੰਦਰ ਪਾਈ ਹੋਈ ਹੈ। ਇਸ ਨੂੰ ਸਾਡੇ ਵਿੱਚ ਪਰਮਾਤਮਾ ਨੇ ਇਹਨੂੰ ਥਾਂ ਦਿੱਤੀ, ਰਹਿਣ ਲਈ ਰੱਖਣਾ ਕੀਤਾ ਹੈ। ਪਰ ਵੇਖੋ ਕੀ ਹੁੰਦਾ, ਇਸ ਪਰਮਾਤਮਾ ਦੀ ਬਹੁਮੁੱਲੀ ਵੱਡਮੁੱਲੀ ਦਾਤ ਦੀ ਸਾਨੂੰ ਨਾ ਸਮਝ ਹੋਣ ਕਰਕੇ ਜਦੋਂ ਅਸੀਂ ਇਸ ਨੂੰ ਅੰਮ੍ਰਿਤਮਈ ਨਾਮ ਦੀ ਖੁਰਾਕ ਨਹੀਂ ਨਾ ਦਿੰਦੇ ਤਾਂ ਸਾਹਿਬ ਜੀ ਕਹਿੰਦੇ ਨੇ ਵਿਕਾਰੀ ਹੋ ਜਾਂਦਾ ਜਦੋਂ ਮਨ, ਇਹਨੂੰ ਕਾਮ ਕ੍ਰੋਧ ਲੋਭ ਓਹਕਾਰ ਦੀ ਕਾਲਖ ਲੱਗ ਜਾਂਦੀ ਹੈ ਅਤੇ ਇਸ ਪ੍ਰਕਾਸ਼ ਤੋਂ ਮਨੁੱਖ ਜਿਹੜਾ ਹੈ ਨਾ ਉਹ ਵਹਿਣਾ ਹੋ ਜਾਂਦਾ ਹੈ, ਸੱਖਣਾ ਹੋ ਜਾਂਦਾ ਹੈ, ਆਤਮਕ ਬਲ ਗਿਆ, ਕਮਜ਼ੋਰ ਹੋ ਗਿਆ। ਕੁਝ ਪਹਿਲੇ ਸਲੋਕਾਂ ਵਿੱਚ ਸਤਿਗੁਰੂ ਨੇ ਵੀ ਸਮਝਾਇਆ ਕਿ ਸਰੀਰ ਦੀਆਂ ਅੰਗਾਂ ਦੀਆਂ ਸ਼ਕਤੀਆਂ ਘੱਟ ਜਾਵਣ ਅਤੇ ਉਸ ਵੇਲੇ ਸਰੀਰ ਨਿਰਭਰ ਹੋ ਜਾਂਦਾ, ਨਿਰਬਲ ਹੋ ਜਾਂਦਾ। ਜਦੋਂ ਆਤਮਕ ਸ਼ਕਤੀ ਚਲੀ ਜਾਂਦੀ ਹੈ ਨਾਲ ਤਾਂ ਸਾਹਿਬ ਜੀ ਕਹਿੰਦੇ ਅੰਦਰੋਂ ਵੀ ਸੱਖਣਾ ਹੋ ਜਾਂਦਾ, ਆਤਮਕ ਬਲ ਕੀ ਗਿਆ, ਕਮਜ਼ੋਰੀ ਆ ਜਾਂਦੀ ਹੈ। ਹੁਣ ਇਹ ਕਮਜ਼ੋਰੀ ਹੀ ਤਾਂ ਸਭ ਤੋਂ ਵੱਡਾ ਬੰਧਨ ਹੈ, ਸਤਿਗੁਰੂ ਜੀ ਸਮਝਾਉਂਦੇ ਨੇ। ਹਾਲਾਤ ਇਹ ਬਣਾ ਬੈਠਦਾ, ਵਿਕਾਰੀ ਹੁੰਦਾ, ਵਿਕਾਰਾਂ ਵਿੱਚ ਜਾਂਦਾ, ਕਾਮੀ ਹੋ ਜਾਂਦਾ, ਕ੍ਰੋਧੀ ਬਣ ਜਾਂਦਾ, ਲੋਭੀ ਹੋ ਜਾਂਦਾ, ਮੋਹ ਵਸ ਹੋ ਜਾਂਦਾ ਅਤੇ ਹੰਕਾਰ ਦੀ ਦੁਨੀਆ ਵਿੱਚ ਗ੍ਰਸਿਆ ਜਾਂਦਾ। ਹੁਣ ਕਿਵੇਂ ਬਚੇਗਾ? ਵੱਡੇ ਵੱਡੇ ਵਿਕਾਰੀਆਂ ਨੂੰ, ਪਾਪੀਆਂ ਨੂੰ ਵੇਖ ਕੇ ਨਾਮ ਦੇ ਰੱਸੀਏ ਜਿਹੜੇ ਮਹਾਂਪੁਰਸ਼ ਲੋਕ ਹੁੰਦੇ ਨੇ ਉਹਨਾਂ ਦਾ ਦਿਲ ਭਰ ਆਉਂਦਾ ਹੈ। ਉਹ ਨਹੀਂ ਵੇਖ ਸਕਦੇ ਕਿਸੇ ਨੂੰ ਦੁੱਖ ਦੇ ਵਿੱਚ, ਪਰ ਉਹ ਇਹ ਨਹੀਂ ਆਖਦੇ ਕਿ ਤੂੰ ਵਿਕਾਰੀ ਹੈ। ਉਹ ਨਹੀਂ ਆਖਦੇ ਤੂੰ ਬੁਰਾ ਹੈ। ਉਹ ਕੀ ਆਖਦੇ ਨੇ? ਬਿਮਾਰ ਹੋ ਗਿਆ, ਤੇਰੇ ਅੰਦਰ ਬਿਮਾਰੀਆਂ ਦੇ ਕੀਟਾਣੂ ਆ ਗਏ ਨੇ, ਤੇਰੇ ਅੰਦਰ ਕਾਮ ਆ ਗਿਆ, ਤੂੰ ਬਿਮਾਰ ਹੋ ਗਿਆ, ਤੇਰੇ ਅੰਦਰ ਕ੍ਰੋਧ ਆ ਬੈਠਾ, ਤੂੰ ਬਿਮਾਰ ਹੋ ਗਿਆ। ਇਹ ਜਦੋਂ ਪੰਜ ਚੋਰ ਤੇਰੇ ਅੰਦਰ ਘਰ ਘਰ ਜਾਵਣ ਤਾਂ ਬਿਮਾਰੀ ਵੱਧ ਜਾਂਦੀ, ਮਾਨਸਿਕ ਕਿਰਿਆ ਖਰਾਬ ਹੋ ਜਾਂਦੀ ਹੈ, ਇੰਨਾ ਕਮਜ਼ੋਰ ਕਰ ਦਿੰਦੇ ਨੇ। ਹੁਣ ਸਰੀਰ ਕਮਜ਼ੋਰ ਹੈ ਅਤੇ ਅਸੀਂ ਵੈਦ ਕੋਲ ਚਲੇ ਜਾਂਦੇ, ਡਾਕਟਰ ਕੋਲ ਚਲੇ ਜਾਂਦੇ, ਇਲਾਜ ਕਰਾ ਲੈਂਦੇ ਹਾਂ, ਚੱਲ ਕੇ ਜਾਂਦੇ ਹਾਂ ਅਸੀਂ ਵੈਦ ਦੇ ਕੋਲ, ਡਾਕਟਰ ਦੀ ਕਲੀਨਿਕ ਵਿੱਚ ਜਾਂਦੇ ਹਾਂ, ਦਵਾਈ ਲੈਂਦੇ ਹਾਂ, ਦੁੱਖ ਦੱਸਦੇ ਹਾਂ, ਦਵਾ ਦਾ ਪ੍ਰਯੋਗ ਕਰਦੇ ਹਾਂ, ਵਰਤੋਂ ਕਰਦੇ ਹਾਂ, ਪਰ ਜਦੋਂ ਇਹ ਵਿਸ਼ੇ ਵਿਕਾਰੀ ਹੋ ਜਾਏ, ਵਿਕਾਰਾਂ ਦੇ ਬੰਧਨਾਂ ਦੇ ਵਿੱਚ ਪੈ ਜਾਏ, ਕੋਈ ਡਾਕਟਰ ਨਹੀਂ ਬਚਾ ਸਕਦਾ। ਹੁਣ ਤਾਂ ਜਿਸਨੇ ਅੰਮ੍ਰਿਤ ਤੇਰੇ ਅੰਦਰ ਪਾਇਆ ਸੀ ਉਹ ਰੱਬ ਹੀ ਆਪ ਆਏ ਅਤੇ ਤੈਨੂੰ ਬਚਾਵੇ। ਇਹ ਹੁਣ ਬਿਮਾਰਾਂ ਦੇ ਉਪਾਅ ਕੀਤੀਆਂ ਗੱਲ ਨਹੀਂ ਬਣਦੀ, ਕਿਉਂਕਿ ਬੰਧਨ ਵੱਧ ਗਏ ਨੇ ਅਤੇ ਹੁਣ ਸਭ ਦਾ ਜੋ ਮਾਲਕ ਹੈ ਰੱਬ ਆਪ ਆਏ, ਪਰਮਾਤਮਾ ਆਏ ਅਤੇ ਬਚਾਅ ਹੋ ਸਕਦਾ। ਇਸ ਸਲੋਕ ਦੇ ਨਾਲ ਇੱਕ ਪੁਰਾਣ ਕਥਾ ਮਿਲਦੀ ਹੈ ਕਿ ਗੰਧਰਵ ਦੇਵਲ ਰਿਸ਼ੀ ਦੇ ਸਰਾਪ ਨਾਲ ਹਾਥੀ ਬਣ ਗਿਆ ਸੀ। ਸਰਾਪ ਦਿੱਤਾ ਸੀ ਗੰਧਰਵ ਨੇ ਅਤੇ ਦੇਵਲ ਰਿਸ਼ੀ ਹਾਥੀ ਬਣ ਗਿਆ। ਵਰਨ ਦੇ ਤਲਾਬ 'ਤੇ ਇੱਕ ਦਿਨ ਪਾਣੀ ਪੀਣ ਗਿਆ ਅਤੇ ਤੰਦੂਏ ਨੇ ਲੱਤਾਂ ਤੋਂ ਖਿੱਚ ਲਿਆ। ਭਗਵਾਨ ਨੇ ਛੁਡਵਾਇਆ ਸੀ ਅਤੇ ਬਚ ਗਿਆ ਸੀ, ਕਿਉਂਕਿ ਮਰਦਿਆਂ ਮਰਦਿਆਂ ਜਦੋਂ ਬੰਧਨਾਂ ਵਿੱਚ ਗ੍ਰਸਿਆ ਗਿਆ ਹੈ
खिचिया जा रहा सी पानी विच है ते बल पर पानी विच रहन वाला तंदवा अपनी नगरी विच अपने पानी विच बड़ा जोरवार हुंदा है खिच के ले जा रहा सी। कीता है परमात्मा नूं याद ते बच गया सी। तो साहिब जी समझाउंदे ने गुरु तेग बहादुर पातशाह जी, हे मनुख तेरा भी बल घट गया है, तू विषय विकारी हो गया है, बेकार होने बेकारी होने करके साहब जी कहते मूह माया विच फसन करके ये बंधन तेरे गल पए ने, ये फाइयां तेरे गल विच पईयां ने, हुण ये फाइयां कटणियां किवें ने तेरे विच ते हुण पातशाह के कछू ना हो तो पाए तू कुछ नहीं कर सकता, इन्हां नूं हुण जे दूर करना नाल जिवें हाथी दी सहायता कीती सी तंदवे तो बचाया सी नाल, उस तरह साहिब जी आखदे ने कि तैनू भी रब दे नाम दी जरूरत है, वो बचावे ते बचावे नहीं कोई नहीं बचा सकदा है, तू हुण ओट आसरा लेना कर उस परमात्मा दा, उस तो बिना कोई नहीं बचा सकता है। सतगुरु जी आखदे ने हंकारियों नूं भी जदों निडाल वेखदे हन दर ते कोई हंकारी भी आ जाए ते सतगुरु बेनती सुन लैंदे ने बचाउंदे ने। असीं भी संसारी जीव हाँ, संसार दे अनेक बंधनां विच ग्रसे, गुरु दे चरणां विच आउंदे हैं ते साहिब जी आखदे ने सतगुरु फिर बचा लैंदे। किसी ने बड़ा सोहना लिखिया है, गरीब को मत सता वो दिल से रो देगा, उसके माल को खबर हुई तो वो जड़ से खो देगा, हाथी की पुकार पल पाछै पहुंचत है, चीटी की चिंगार पहले सुन लेत है। ऐसा हुंदा है, तू नीवा बन के हाथी बन के पुकार ना कर, अहंकारी बन के ना आ, तू अपने आप नू नीवा करके लिया, अपने आकार नू छोटा बना के गुरु दे दर ते आ, वो सुन लेगा तेरी पुकार नू। सो साहिब जी आखदे ने बेवस ना हो, ये तेरी ही खेड है कि तू कमज़ोर हो गया है, ये तेरी ही अपनी करनी है कि तू बंधना विच पै गया है। सतगुरु जी इस दिन दिस श्लोक से बल छुटक्यो बंधन परे कछु ना हो त्यो पाए, कहो नानक अब ओट हर गज ज्यों हो सहाय। बल छुटक्यो मीन्स सतगुरु जी सेस ऑल माई स्ट्रेंथ इज गॉन। आई एम इन बॉन्डेज नाउ, आई वॉन्ट टू डू समथिंग बाई कान डू एनीथिंग बिकॉज आई एम वीक नाउ। वाई आर यू वीक? बिकॉज सतगुरु जी सेस you are in the bondage of maya, you have lost your strength, your prayers, your good doings all have gone down the drain just because you never controlled your earlier time. And when we are so entangled and born into the worldly joys, Sadhguru ji says, nothing is coming to your support then. In the second part of the slok, Sadhguru ji says, he gives an example. There is no difference. You are same. Kaho Nanak,
अब ओट हर गज ज्यो हो सहाय। यू नीड टू प्लीड टू दी ऑलमाइटी, गिव मी योर सपोर्ट, आई नीड योर हेल्प, जस्ट लाइक यू हेल्प द एलिफेंट विच वॉज ड्राउनिंग इन द वॉटर वेन द ऑक्टोपस वॉज पुलिंग हिम इन टू द वॉटर। He remembered you, you supported him. In the same manner, the Lord will support us when we ask for the Lord's support. We practice a truthful living, a living of Nitnem, Simran and Bani. Agle Rajo Salok and उस दे वल नूं हुण अपना चलना करिए। साहिब जी हुण आखदे ने एक थां तेरा बल खत्म हो गया सी क्योंकि तू विकारी बंधना विच पै गया सी। अगलेरे सलोक नूं पढ़िए, साहिब कहिंदे ने बल होवा बंधन छुटे, सब किछ होते उपाय, नानक सब किछ तुमरे हाथ में, तुम ही होत सुहाय। हे वाहिगुरु जी, हे प्रभु जी, सारा कुछ ते तुहाडे हाथ विच है। अग पहली श्लोक विच साहिब कहिंदे तू सिमरन नहीं कीता है, जां जिहड़ा सिमरन कीता सी उह विकारां विच पैण करके खत्म हो गया। हुण पातशाह जी कहिंदे ने पिछले रे सलोक नूं जिहड़ा मनुख जीव समझ लवे उह सिमरन विच पै जांदा है, उह बाणी दा आसरा लैंदा है। ते हुंदा की है, उह शक्तिशाली हो जांदा है, उहदे विच बड़ी ताकत आ जांदी है, आत्मक बल प्राप्त हुंदा है। हुण साहिब जी आखदे ने जदों ये ताकत आउंदी है ना, अंदर आत्मक शक्ति वधदी है, उदों साहिब जी कहिंदे बंधना तों छुटकारा मिल जांदा है। जिहड़े कुकर्म कीते, गलतियां कीतियां ने ना, उह सारे टुट जांदे ने। सहज सुभाई पातशाह कहिंदे नाम दी विच इन्नी बरकत, सिमरन विच इन्नी बरकत है, इन्ना बल हो जांदा है, ताकत हो जांदी है कि सब कुछ अपने आप होण लग जांदा है। नानक सब कुछ तुमरे हाथ में, तुम ही हो सहाय। कहण तों भाव है हे वाहिगुरु जी, तेरे सिमरन विच ही सारियां बरकतां ने, तेरे नाम दे विच ही सारियां ताकतां ने। जदों आत्मक बल वध जांदा है, उपाव बड़े बन जांदे ने, सारा कुछ हे वाहिगुरु तेरे हाथ विच है। जदों तू चाहुंदा है, जदों तू सहायता दिंदा है, ते आत्मक बल वध जांदा है, सिमरन दी बरकत नाल सारे बंधन टुट जांदे ने। फिर गुरु प्यारी सत्संग जीओ, जिवें एक सियाणा उस्ताद हुंदा है, वो अपने पास पढ़न आए बच्चों नूं जदों इम्तिहान दा परचा दिंदा है, सोहणे सोहणे सवाल लिखदा है, वो प्रश्न बनाउंदा है, उन्हां दा उत्तर भी जाणदा हुंदा है। ते हुण सिख्यार्थी जिहड़े हुंदे ने, जिन्हां दी प्रीख्या लैनी हुंदी है, विद्यार्थी उन्हां सवालां दा जवाब ढूंढदे ने, लिखदे ने। इस तरह ही सतगुरु जी पातशाह जी आखदे ने सिमरन दी बरकत नाल आत्मक बल आ जांदा है, बंधन टुट जांदे ने, परचे पै जांदे ने जीवन विच,
ਅਤੇ ਬੰਧਨਾਂ ਦੇ ਵਿੱਚ ਅਸੀਂ ਗ੍ਰਸ ਜਾਂਦੇ ਹਾਂ। ਪ੍ਰਸ਼ਨ ਦਾ ਉੱਤਰ ਆਉਂਦਾ ਹੋਵੇ, ਸਵਾਲ ਪਾਏ ਨੂੰ ਅਸੀਂ ਸਮਝ ਸਕੀਏ ਅਤੇ ਸਹੀ ਜਵਾਬ ਢੂੰਡ ਲਵਾਂਗੇ। ਸਹੀ ਜਵਾਬ ਢੂੰਡਣ ਦੀ ਦੇਰ ਹੈ, ਸਾਹਿਬ ਜੀ ਕਹਿੰਦੇ ਸਮਝ ਆ ਜਾਂਦੀ ਹੈ। ਇੱਕ ਸਮੇਂ ਬਾਲਮੀਕ ਵੀ ਬੰਧਨਾਂ ਵਿੱਚ ਸੀ, ਬੜੇ ਬੰਧਨ ਸਨ। ਆਤਮਕ ਬਲ ਮਿਲਣ ਕਰਕੇ ਬੰਧਨ ਟੁੱਟ ਗਏ। ਇਤਿਹਾਸ ਨੂੰ ਪੜ੍ਹੀਏ ਤਾਂ ਪਤਾ ਲੱਗਦਾ ਭਾਈ ਬਿਧੀ ਚੰਦ ਬੜੇ ਬੰਧਨਾਂ ਵਿੱਚ ਸੀ, ਬੜੀਆਂ ਰੁਕਾਵਟਾਂ ਸੰਜੀਵਨ ਦੇ ਵਿੱਚ ਆ ਗਿਆ। ਸ਼ਹਿਨਸ਼ਾਹ ਪਾਤਸ਼ਾਹ ਜੀ ਦੇ ਕੋਲ ਗਰੀਬ ਨਿਵਾਜ ਦੇ ਘਰ ਦੀ ਸਿੱਖਿਆ ਕੀ ਮਿਲੀ? ਇਤਨਾ ਬਲਵਾਨ ਹੋ ਗਿਆ, ਬੰਧਨ ਟੁੱਟ ਗਏ ਉਹਦੇ। ਜਿਹੜਾ ਬਿਮਾਰ ਉੱਠ ਨਹੀਂ ਨਾ ਸਕਦਾ, ਜਦੋਂ ਉਹਨੂੰ ਖੁਰਾਕ ਮਿਲਦੀ ਹੈ, ਦਵਾ ਮਿਲਦੀ ਹੈ, ਚੰਗੇ ਭੋਜਨ ਮਿਲਦੇ, ਉਹਦਾ ਖਿਆਲ ਰੱਖਿਆ ਜਾਂਦਾ, ਉਹੀ ਜਿਹੜਾ ਮੰਜੇ ਤੋਂ ਉੱਠ ਨਹੀਂ ਸਕਦਾ ਫਿਰ ਉਹ ਦੌੜਦਾ ਭੱਜਿਆ ਨੱਸਿਆ ਫਿਰਦਾ। ਸਾਹਿਬ ਜੀ ਕਹਿੰਦੇ ਨੇ ਸਿਮਰਨ ਕੀਤੀਆਂ ਗੁਰੂ ਪਿਆਰਿਓ ਨਿਤਨੇਮ ਦੇ ਵਿੱਚ ਜੁੜੀਆਂ ਬਾਣੀ ਦੀ ਸਮਝ ਪ੍ਰਾਪਤ ਕਰਦੇ ਹਾਂ। ਜਦੋਂ ਅਸੀਂ ਵਾਹਿਗੁਰੂ ਮੰਤਰ ਨੂੰ ਦ੍ਰਿੜ ਕਰਦੇ ਹਾਂ ਨਾ, ਅਤੇ ਜਿਹੜੇ ਆਤਮਕ ਬਲ ਤੋਂ ਸੱਖਣੇ ਹੋ ਜਾਂਦੇ, ਚਲਾ ਜਾਂਦਾ ਨਾ ਸਾਡਾ ਆਤਮਕ ਆਨੰਦ, ਉਹ ਫਿਰ ਵਾਪਸ ਆ ਜਾਂਦਾ। ਸਾਹਿਬ ਜੀ ਸਮਝਾਉਂਦੇ ਨੇ ਕਿ ਤੂੰ ਪਰਮ ਪਿਤਾ ਦੇ ਅੱਗੇ ਇੱਕ ਅਰਦਾਸ ਕਰ, ਇੱਕ ਬੇਨਤੀ ਕਰ, ਤੂੰ ਹੱਥ ਜੋੜ ਕੇ ਖੜਿਆ ਕਰ, ਨਾਨਕ ਸਭ ਕੁਛ ਤੁਮਰੈ ਹੱਥ ਮੈਂ, ਤੁਮ ਹੀ ਹੋਤ ਸਹਾਏ, ਮੇਰੀ ਸਹਾਇਤਾ ਤੂੰ ਹੀ ਕਰ ਸਕਦਾ। ਜਦੋਂ ਇਸ ਤਰ੍ਹਾਂ ਦਾ ਮਨ ਵਿੱਚ ਵਿਚਾਰ ਆ ਜਾਏ, ਅਰਦਾਸ ਕਰਾਂਗੇ ਪਰਮ ਪਿਤਾ ਦੇ ਅੱਗੇ, ਤੂੰ ਹੀ ਕਿਰਪਾ ਕਰ, ਮੇਰੀ ਝੋਲੀ ਵਿੱਚ ਸਿਮਰਨ ਦੀ ਦਾਤ ਪਾ, ਇਹ ਵਿਕਾਰਾਂ ਨੂੰ ਦੂਰ ਕਰਨ ਵਾਸਤੇ ਮੈਨੂੰ ਸਮਝ ਆ ਗਈ, ਪਤਾ ਲੱਗ ਗਿਆ ਤੇਰੇ ਨਿਤਨੇਮ ਦੀ ਲੋੜ ਹੈ, ਤੇਰੇ ਸਿਮਰਨ ਦੀ ਜ਼ਰੂਰਤ ਹੈ। ਬਸ ਪਤਾ ਲੱਗਦਿਆਂ, ਸਿਮਰਨ ਕਰਦਿਆਂ, ਬਾਣੀ ਵਿੱਚ ਜੁੜਦਿਆਂ ਹੀ ਸਾਰੇ ਕਾਰਜ ਰਾਸ ਹੋਣ ਲੱਗ ਜਾਂਦੇ ਨੇ। ਜਦੋਂ ਨਿਰੰਕਾਰ ਬਖਸ਼ਿਸ਼ ਕਰਦਾ, ਐਸਾ ਬਲ ਪ੍ਰਦਾਨ ਕਰਦਾ, ਐਸੀ ਸ਼ਕਤੀ ਵਿਸ਼ਾਲੀ ਬਣਾ ਦਿੰਦਾ ਕਿ ਸਾਰੇ ਜਿਹੜੇ ਗਲਤ ਕੰਮ ਕੀਤੇ ਹੁੰਦੇ ਨੇ, ਇਨਸਾਨ ਪੁੱਠੇ ਗਲਤ ਕੰਮ ਬਹੁਤ ਕਰਦਾ, ਪਰ ਸਿਮਰਨ ਦੀ ਬਰਕਤ ਨਾਲ ਸਭ ਕੁਝ ਸ਼ੁੱਧ ਹੋ ਜਾਂਦਾ, ਪੁੱਠੇ ਸਿੱਧੇ ਹੋ ਜਾਂਦੇ ਨੇ। ਗੁਰੂ ਅਰਜਨ ਸਾਹਿਬ ਨੇ ਇੱਕ ਬੜਾ ਸੋਹਣਾ ਵਿਚਾਰ ਦੇਣਾ ਕੀਤਾ, ਕਿਤੇ ਪੜ੍ਹਿਓ 402 ਪੰਨੇ ਇਤਿਹਾਸਾ ਮਹੱਲਾ ਪੰਜਵਾਂ। ਅਪੁਸ਼ਟ ਬਾਤ ਤੇ ਭਈ ਸੀਧਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਛਨਈ। ਇਹ ਕਿਰਪਾ ਹੈ ਸਿਮਰਨ ਦੇ ਵਿੱਚ, ਮਲੀਨ ਹੋ ਚੁੱਕੀ ਬੁੱਧੀ ਜਿਹੜੀ ਹੈ ਉਹ ਸਾਫ ਸੁਥਰੀ ਹੋ ਜਾਂਦੀ ਹੈ। ਬਸ ਇਹ ਜਦੋਂ ਬੁੱਧੀ ਸਾਫ ਹੋ ਜਾਏ, ਮਨ ਦੀ ਸਵੱਛਤਾ ਹੋ ਜਾਏ, ਤੇ ਫਿਰ ਸਤਿਗੁਰੂ ਕਹਿੰਦੇ ਨੇ ਸਾਰੇ ਬੰਧਨ ਟੁੱਟ ਜਾਂਦੇ ਨੇ। ਤੋ ਸਾਹਿਬ ਜੀ ਕਹਿੰਦੇ ਨੇ ਬਲ ਨਾਮ ਦਾ ਹੋਣਾ ਚਾਹੀਦਾ, ਸ਼ਕਤੀ ਤੇਰੇ ਅੰਦਰ ਨਾਮ ਦੀ, ਬਾਣੀ ਦੀ ਹੋਣੀ ਚਾਹੀਦੀ ਹੈ, ਫਿਰ ਕੁਛ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ, ਸਾਰੇ ਬੰਧਨਾਂ ਤੋਂ ਛੁਟਕਾਰਾ ਹੋਵੇਗਾ, ਹਰ ਵਸਤੂ ਦਾ ਤੈਨੂੰ ਉਪਾਅ ਨਜ਼ਰ ਆਵੇਗਾ। ਅਤੇ ਪਾਤਸ਼ਾਹ ਕਹਿੰਦੇ ਨੇ ਇਹ ਤਾਂ ਮਿਲਦਾ ਜਦੋਂ ਹੱਥ ਜੋੜ ਕੇ ਨਿਮਰਨ ਹੋ ਕੇ ਆਪਣੇ ਸੱਚੇ ਪਾਤਸ਼ਾਹ ਸਤਿਗੁਰ ਦੇ ਚਰਨਾਂ ਵਿੱਚ ਤੂੰ ਆਪਣੇ ਆਪ ਨੂੰ ਨਿਸ਼ਾਵਰ ਕਰ ਦੇਵੇਂ, ਆਖਦੇ ਸਭ ਕੁਝ ਤੇਰੇ ਹੱਥ ਹੈ ਮੇਰੇ ਸਤਿਗੁਰੂ, ਤੂੰ ਮੇਰੀ ਸਹਾਇਤਾ ਕਰ। ਕਿਉਂ ਨਹੀਂ ਕਰਨਗੇ? ਸਤਿਗੁਰੂ ਜ਼ਰੂਰ ਸਹਾਇਤਾ ਕਰਦੇ ਨੇ, ਸਤਿਗੁਰੂ ਜ਼ਰੂਰ ਆਪਣੇ
ਸੇਵਕ ਦੇ ਸਿਰ ਤੇ ਹੱਥ ਰੱਖਦੇ ਨੇ। ਬਲ ਹੋਵਾ ਬੰਧਨ ਛੁਟੇ, ਸਭ ਕਿਛੁ ਹੋਤਿ ਉਪਾਇ। ਇਨ ਦੀ ਅਰਲੀਅਰ ਸਲੋਕ ਸਤਿਗੁਰੂ ਜੀ ਸੇਸ ਦੈਟ ਓ ਮਾਈ ਬਿਲਵਡ ਵਨ, ਬਿਕੋਸ ਆਫ ਯੋਰ ਰੋਂਗ ਡੂਇੰਗਸ ਆਲ ਦੀ ਐਕਿਊਮੂਲੇਟਡ ਗੁੱਡ ਸਟਰੈਂਥ ਆਫ ਪ੍ਰੇਅਰ ਵਿਦ ਇਨ ਯੋਰ ਸੈਲਫ was lost. You became a slave of kaam, krodh, lobh, mohankar. So many vices took over you. Sadhguruji says, you became very angry a person. The anger was overflowing. You became very greedy. Greed overtook you. You were so much attached to the unwanted things that you forgot the Lord. Whatever you accumulated through this greed, through this kind of bondage, made you very egoistic. You became egoistic. Now Sadhguruji says, once you realize, you knew that this is my mistake, I stopped doing Simran, I never practiced a life taught by my Sadhguru. When the realization came, you started doing Simran again, started doing Netnem, understanding the Guru's Bani. Your strength came back. Your strength was restored again within you. And all the bonds that you had of Maya, of these vices, this bond was broken. Now everything is happening in the correct manner. Sadhguruji says, oh my child, you see, how much of power, how strengthful can you be, powerful you can be, all your powers can be restored once you realize your mistakes. You become very powerful. Now this all happened because Sadhguru says, Nanak, sab kuch tumhare haath mein, you realized. Everything is in your hands, my Lord. Whenever I fall, you become my strength. You bring me out of my problems. You always become my helper and my support. In this salok, Sadhguruji says, with folded hands, O my child, always plead to the Guru, to the Blessed Ones, who can remove all your bondage. All your pains can be removed and he can make you realize the truth. Aao hun Guru Pyari Satsang Ji, assi milke Sahib Guru Tegh Bahadur Patshah Ji jinna ne sunne salok ucharan kite ne sikhande ne, ik passe pehle salok ch kehde tu bandhana vich peh janna hai, te phir Guru sahayata kar sakda hai, ਪਰਮਾਤਮਾ ਮਦਦ ਕਰ ਸਕਦਾ ਹੈ ਜਦੋਂ ਤੈਨੂੰ ਸਮਝ ਆ ਜਾਏ। ਅੰਦਰੋਂ ਸ਼ਕਤੀ ਜਿਹੜੀ ਚਲੀ ਗਈ ਉਹ ਮੁੜ ਕੇ ਬਣ ਸਕਦੀ ਹੈ ਨਾਮ ਅਤੇ ਸਿਮਰਨ ਦੁਆਰਾ। ਆਓ ਹੁਣ ਅਸੀਂ ਵੀ ਨਾਮ ਵਿੱਚ ਜੁੜੀਏ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਨੂੰ ਪਰਸਨਾ ਕਰੀਏ। ਬਹਾਦਰ ਸਿਮਰੀਏ।